ਸਾਰੇ ਦੇ ਤਮਾਮ ਭਾਈਆਂ ਬਜ਼ੁਰਗਾਂ ਦੋਸਤਾਂ ਜਵਾਨਾਂ ਦਾ ਸ਼ੁਕਰਗੁਜ਼ਾਰ ਹਾਂ। ਇੱਕ ਵਾਰੀ ਫਿਰ ਕੱਲ ਗੁਜਰਾਂ ਵਾਲੇ ਪਹੁੰਚ ਕੇ ਉਹਨਾਂ ਮੇਰਾ ਸਿਰ ਫਖਰ ਨਾਲ ਬੁਲੰਦ ਕਰ ਦਿੱਤਾ। ਇਹ ਤੁਹਾਡਾ ਪਿਆਰ ਹੈ, ਤੁਹਾਡੀ ਮੁਹੱਬਤ ਹੈ, ਤੁਹਾਡੀ ਮਿਹਨਤ ਹੈ, ਤੁਹਾਡੀ ਕੋਸ਼ਿਸ਼ ਹੈ ਵੀ ਹਮੇਸ਼ਾ ਤੁਸੀਂ ਆਪਣੇ ਪਿਆਰ ਨਾਲ ਮੈਨੂੰ ਮਕਰੂਜ਼ ਕਰਦੇ ਹੋ ਔਰ ਮੇਰਾ ਸਰ ਹਮੇਸ਼ਾ ਫਖਰ ਨਾਲ ਬੁਲੰਦ ਕਰਦੇ ਹੋ। ਮੈਂ ਦੁਬਾਰਾ ਤੁਹਾਡੇ ਤਮਾਮ ਭਾਈਆਂ ਦਾ ਜਿਹੜੇ ਆਏ ਔਰ ਆਖਰੀ ਟਾਈਮ ਤੱਕ ਜਲਸਾ ਗਾਹ ਵਿੱਚ ਮੌਜੂਦ ਰਹੇ, ਜਿਨ੍ਹਾਂ ਮੇਰੀ ਇੱਜ਼ਤ ਮੇਰਾ ਮਾਣ ਬਣਾਇਆ, ਮੈਂ ਉਹਨਾਂ ਦਾ ਇੰਤਹਾਈ ਸ਼ੁਕਰਗੁਜ਼ਾਰ ਹਾਂ। ਅੱਲਾਹ